ਰਾਉਂਡ ਆ ਦੂਜਾ ਰਾਉਂਡ ਆਓ ਜੀ ਢੋਲ ਮਾਜਰਾ ਤੇ ਢਾਬਾ ਬੱਬੂ ਓਏ ਪ੍ਰਸਾਦ ਭੰਗੜੇ ਫੁੱਲ ਪੈਣਗੇ ਭੰਗੜੇ ਦੂਜੇ ਰਾਉਂਡ ਦਾ ਮੈਚ ਆ ਦੂਜੇ ਰਾਉਂਡ ਦਾ ਵੀਰੇ ਹੁਣ ਗੱਲਾਂ ਲੱਗੀਆਂ ਟਿਕਾਣੇ ਸ਼ੁਰੂਆਤ ਵਧੀਆ ਲੱਗੀ ਆ ਇੱਕ ਵਾਰੀ ਦੋਨਾਂ ਟੀਮਾਂ ਦੀ ਤਾੜੀ ਦਾ ਮਾਰ ਦੋ ਜੀਰੋ ਇੱਕ ਪੁਆਇੰਟ ਆ ਜੀ ਜੀਰੋ ਇੱਕ ਬੱਲੇ 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 ਲੈ ਵੀ ਢਾਬਾ ਰਿਹਾ ਰਹੀ ਤਗੜਾ ਵੀ ਤੇਰੀ ਰਗ ਰਗ ਤੋਂ ਵਾਕਫ ਹੈ ਪਿੰਡ ਕੱਠੇ ਇੱਕ ਬਰਾਬਰ ਇੱਕ ਬਰਾਬਰ ਨਜ਼ਾਰੇ ਜਾਈ ਜਾਂਦੇ ਆ ਲੈ ਵੀ ਤਲਵੰਡੀ ਵਾਲਿਆ ਹੁਣ ਤੇ ਬਿਨਾਂ ਕਹੇ ਤੋਂ ਕਦੇ ਤਾੜੀਆਂ ਫੜੀ ਚਲੋ ਸ਼ੇਰ ਇੱਕ ਬਰਾਬਰ ਜਿਆਦਾ ਲੋਕਾਂ ਦੇ ਮਨ ਨੂੰ ਲੱਗਿਆ ਦਾ ਆਹ ਖੇਡ ਦੇ ਗਰਾਊਂਡਾਂ ਦੇ ਵਿੱਚ ਉਹ ਦੁਨੀਆ ਪੁੱਜਦੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਮੈਦਾਨੋਂ ਓਕੇ ਓਕੇ ਰਸਰਾਲਾ ਜੀ ਸੁਦੀਪ ਨੰਬਰਦਾਰ ਕਹਿੰਦਾ ਵੀ ਜੇਕਰ ਚੈਣਿਆਂ ਦੀ ਟੀਮਾਂ ਚੱਲਦੇ ਹੋਏ ਮੈਚ ਦੇ ਵਿੱਚੋਂ ਜੇਤੂ ਰਹਿੰਦੀਆਂ ਤੇ ਰੁਪਈਆ 500 ਦਿੱਤਾ ਜਾਵੇਗਾ ਬਟ ਮਾਣ ਵਾਲੀ ਗੱਲ ਹੈ ਚੌਧਰੀ ਅਬਦਲ ਜੀ ਠੀਕ ਹੈ ਵੀਰੇ ਅੱਗ ਭੇਜਦਿਆ ਕਰੋ ਤਗੜੀ ਬਾਲ ਲੱਗਦੀ ਹੈ ਸਾਰੇ ਭਰਾ ਸ਼ੇਅਰ ਤੇ ਸਪੋਰਟ ਦੋ ਨੰਬਰ ਉਧਰਲੇ ਪਾਸੇ ਹਰ ਇੱਕ ਗੱਲ ਇਹ ਵੀ ਪੱਕੀ ਆ ਵੀ ਸ਼ੈਣੀ ਸਾਰੇ ਭਰਾ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਜੀ ਤੇ ਜੇ ਸੱਟ ਪੁੱਠੀ ਵੱਜ ਜੇ ਤੇ ਬੁੱਲ ਵੀ ਪਾੜ ਦਿੰਦੀ ਇਹ ਵੀ ਗੱਲ ਪੱਕੀ ਹੈ ਆਹ ਗੱਲਾਂ ਲੱਗ ਰਹੀਆਂ ਟਿਕਾਣੇ ਗੱਲਾਂ ਦੇ ਟਿਕਾਣੇ ਲੱਗੀਆਂ ਪਈਆਂ ਨੇ ਇਧਰ ਸੱਜਣ ਦੇ ਸੱਜੇ ਪਾਸੇ ਚੈਣੇ ਵਾਲੀ ਆ ਕਹਿੰਦੇ ਸੁਖਦੀਪ ਹੈ ਨਾਲ ਨਜਿੰਦਰ ਆ ਮੁੰਡਾ ਕਹਿੰਦੇ ਢਿੱਲੋਂ ਪਰਿਵਾਰ ਦਾ ਇੱਕ ਪਾਸੇ ਬਾਬਾ ਖੜਾ ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ ਇਹ ਮੁੰਡੇ ਨੂੰ ਮੈਂਟੀ ਸ਼ਰਮਾ ਨੇ ਗੱਡੀ ਦਿੱਤੀ ਆ ਜੋਪੀ ਤੇ ਚੈਣੇ ਵਾਲੇ ਮੈਂਟੀ ਸ਼ਰਮਾ ਨੇ ਗੱਡੀ ਜੋਪੀ ਵਰਸੇ ਚੈਣੇ ਬਾਲ ਆਓ ਬੱਲੇ 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 ਰੱਬ ਉੱਤੇ ਦੇ ਧਰਤੀ ਥੱਲੇ ਜੇਕਰ ਚੈਣਿਆਂ ਦੀ ਟੀਮ ਜੇਤੂ ਰਹਿੰਦੀ ਹੈ ਤੇ ਰੁਪਈਆ 1100 ਦੇਵਾਂਗੇ ਆਪਾਂ ਚਲੋ ਸ਼ੇਅਰ ਕਰੀ ਚਲੋ ਵੱਡੇ ਹੋਣਗੇ ਕੰਦੂ ਖੜਾ ਤੇ ਰਾਮਕੋਟ ਵੀਰੇ ਤਿੰਨ ਨੰਬਰ ਗਰਾਊਂਡ ਦੇ ਨੇੜੇ ਆਓ ਜੀ ਕੰਦੂ ਖੜਾ ਤੇ ਰਾਮਕੋਟ ਮੈਚ ਜਿਹੜਾ ਇੱਕ ਦੋ ਨੰਬਰ ਜਿਹੜੇ ਕਰੀ ਚਲੋ ਸਾਰੇ ਵੀ ਆਓ ਵੀਰੇ ਜਲਦੀ ਦੇ ਨਾਲ ਕੰਦੂ ਖੜਾ ਤੇ ਰਾਮਕੋਟ ਦੀਆਂ ਟੀਮਾਂ ਇਹਦੇ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਬੜਾ ਤਗੜਾ ਬਣਿਆ ਹੋਇਆ ਦੋਵਾਂ ਟੀਮਾਂ ਦਾ ਮੈਚ ਅਜੇ ਰਹਿੰਦਾ ਵੇ ਉਹ ਢਾਬਾ ਵਾਲਾ ਪੂਰੀ
ਦੱਸਦਾ ਥੋੜਾ ਥੋੜਾ ਵੀ ਬਾਲਾ ਬਾਲਾ ਜਾਗਣਾ ਨੀ ਚੰਗਾ ਤੇ ਬਾਲਾ ਸੋਣਾ ਵੀ ਨੀ ਚੰਗਾ। ਆਓ ਖੇਡਦੇ ਗਰਾਊਂਡ ਦੋ ਤਿੰਨ ਨੰਬਰ ਸਵਾਲ ਫੇਰ ਆਉਣਾ ਬਾਈ ਕੁੱਤੀ ਮੌਤ ਮਰਿਆ ਖੀਰੀ ਭਾਵਰੋ ਗਾਡਰਾਂ ਚੋਂ ਕੱਢੇ ਨੇ ਸੁਨਾਮ ਵਰਗੇ ਤੇ ਆਪਣੇ ਮਧੂ ਮੱਖੀ ਜਦੋਂ ਕੋਈ ਪੜੈਂਦੀ ਚੜੈਲ ਵੀਰੇ ਬੈਲ ਪੁਣੇ ਦੀ ਉਹ ਫੋਟੋ ਤੇ ਫਲਾਵਰ ਪਵਾ ਕੇ ਛੱਡਦੀ ਹੈ ਆਹ ਫੋਟੋ ਤੇ ਫਲਾਵਰ ਪਵਾ ਕੇ ਛੱਡਦੀ ਹੈ ਤਾਂ ਗੱਡੀ ਦਿੱਤੀ ਹੈ ਖਿਡਾਰੀ ਨੂੰ ਇੱਕ ਤਿੰਨ ਫੇਰ ਖੇਡਾ ਚਣੇ ਵਾਲੀ ਆ ਪਰਮ ਪਟਾਕੇ ਪਾਈ ਆਉਂਦਾ ਜਿਵੇਂ ਇਹਨਾਂ ਖੇਡਦੇ ਗਰਾਊਂਡਾਂ ਦੇ ਵਿੱਚ ਚਣੇ ਵਾਲੀ ਆ ਪਰਮ ਪਟਾਕੇ ਪਾਈ ਆਉਂਦਾ ਲੱਗਿਆ ਹੋਇਆ ਉਹ ਸਾਹਮਣੇ ਚਣੇ ਵਾਲੀ ਆ ਕਹਿੰਦੇ ਬਾਬਾ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬੈਠਾ ਚਣੇ ਵਾਲੀ ਆ ਕਹਿੰਦੇ ਬਾਬਾ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬੈਠਾ ਲਈ ਢਾਬਾ ਦੇ ਤੌਰੀ ਇੱਕ ਵਾਰੀ ਸਾਈਡ ਦੇ ਵਿੱਚ ਇੱਕ ਮਿੰਟ ਸਾਰਾ ਕਾਂਬੇ ਦੇ ਸਿਰ ਤੇ ਆ ਉਹ ਗੱਲਾਂ ਲੱਗ ਰਹੀਆਂ ਟਗਾਉਣੇ ਲਾਵੀ ਜਿਹੜੇ ਜਿਹੜੇ ਟੀਮਾਂ ਦਾ ਜਿਹੜੇ ਜਿਹੜੇ ਢਾਬਾ ਦੇ ਤਾਊ ਨੂੰ ਪਿਆਰ ਕਰਦੇ ਇੱਕ ਤਾੜੀ ਵਾਲੇ ਤਾਊ ਦੇ ਨਾਂ ਤੇ ਮਾਰੋ ਜੋਰ ਦੁਨੀਆ ਮੇਰੇ ਮਿੱਤਰੋ ਕੱਲ ਵੀ ਕਹਿੰਦੇ ਬੱਲਾ ਬੱਲਾ ਕਰਵਾਈ ਹੈ ਪਰ ਅੱਜ ਦੇ ਵੱਡੇ ਕੱਪ ਦੇ ਪਰ ਅੱਜ ਕੌਣ ਜਿੱਤੂਗਾ ਕੌਣ ਸਿੱਖੂਗਾ ਇਹ ਸ਼ੱਕ ਤੇ ਰਹਿਣੀ ਆ ਮੇਰੇ ਮਿੱਤਰੋ ਦੁਨੀਆ ਦਾ ਵੱਡੇ ਖੇਡ ਮੇਲੇ ਤੇ ਆਪਾਂ ਨਜ਼ਾਰੇ ਲੈ ਰਹੇ ਹਾਂ ਲਓ ਸਾਹਮਣੇ ਖੇਡ ਦੇ ਗਰਾਊਂਡ ਦੇ ਵਿੱਚ ਜ਼ਰੂਰ ਭੇਜਿਆ ਕਰੋ ਮੈਚ ਖੇਡਿਆ ਜਾ ਰਿਹਾ ਇਹਨਾਂ ਖੇਡ ਦੇ ਗਰਾਊਂਡਾਂ ਚ ਆਹ ਬੱਲੇ ਬੜੇ ਪਿਆਰ ਦੇ ਨਾਲ ਬਾਲ ਸਿੱਟਦਾ ਬਾਲਾ ਖੱਜਲ ਕਰਦਾ ਪਿਛਲੇ ਕਈ ਮੇਲੇ ਹੋ ਗਿਆ ਪਰ ਢਾਬਾ ਦਾ ਫੇਟਾ ਚਾਰ ਇੱਕ ਹੋ ਗਿਆ ਵੀਰੇ ਚਾਰ ਇੱਕ ਜੀ ਖੇਡ ਦੇ ਚੱਤਦਾ ਇਹ ਨਖਰਾ ਰਵੀ ਆਇਆ ਵੀਰੇ ਬਿਲਕੁਲ ਆਇਆ ਜੀ ਦੱਸਾਂ ਵੀ ਆਇਆ ਮਿੱਤਰੋ ਤੇ ਸ਼ੇਰੂ ਦੀ ਤਾਂ ਦੁਨੀਆ ਜਵਾਨੀ ਮਿੱਤਰੋ ਜਵਾਨੀ ਮਿੱਤਰੋ ਆ ਸ਼ੇਰੂ ਦੀ ਤਾਂ ਦੁਨੀਆ ਜਵਾਨੀ ਮਿੱਤਰੋ ਦੁਨੀਆ ਜਵਾਨੀ ਕਰਦੀ ਆ ਪਰ ਢਾਬਾ ਆ ਇੱਕ ਦਾ ਇਹ ਟੱਪਾ ਧਰਤੀ ਦੀ ਹਿੱਕ ਤੇ ਪਾ ਕੇ ਦਿਖਾਵੇ ਨਾ ਉਹ ਤੈਨੂੰ ਤਾਂ ਮੰਨੀਏ ਤੂੰ ਕਰੀ ਚਲੋ ਸ਼ੇਅਰ ਕਰੀ ਚਲੋ ਰੇ ਨਹੀਂ ਲੋਕਾਂ ਨੇ ਕਹਿਣਾ ਵੀ ਜਿਹੜੇ ਬੋਲਣਾ ਸੱਦੇ ਆਊਟ ਬਾਲ ਸਾਡੇ ਪੋਸ ਬਾਲ ਵੈਲਕਮ ਜੀ ਸ਼ੇਅਰ ਕਰੀ ਚਲੋ ਰੇ ਪਰ ਸਾਹਮਣੇ ਗਲਤੀ ਹੋ ਗਈ ਆ ਤੇ ਸਫਲਤਾ ਜਿਹੜੀ ਚਣੇ ਵਾਲੀ ਟੀਮ ਦੇ ਖਾਤੇ ਵਿੱਚ ਅਜੇ ਕਰੀ ਗੱਲ ਲਓ ਸਾਹਮਣੇ ਚਣੇ ਵਾਲੀ ਟੀਮ ਦੇ ਹਿੱਸੇ
ਵੱਡੀ ਸਫਲਤਾ ਜੁੜ ਗਈ ਆ। ਆਓ ਸਚਿਨ ਬੱਲੇ 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 ਚੀਤੇ ਨਹੀਂ ਆਏ, ਦੋ ਚਾਰ ਹੋ ਗਏ ਵੀਰੇ, ਦੋ ਚਾਰ ਇੱਕ ਹੋਰ ਜੁੜ ਗਿਆ। ਚੀਤਾ ਵੀਰੇ ਨਹੀਂ ਆਇਆ ਵੀ ਯਾਰ, ਸਚਿਨ ਦੇ ਨਾਂ ਤੇ ਵੀ ਮਾਰ ਦੋ, ਇਹ ਵੀ ਆਪਣੇ ਹੀ ਇਹਨਾਂ ਖਿਡਾਰੀਆਂ ਚੋਂ ਹੀ ਆ। ਆਓ ਸਚਿਨ ਨੇ ਕਦੇ ਨੰਬਰ ਜੋੜ ਦਿੱਤਾ। ਆਓ ਬੱਲੇ 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 ਹੋ ਰਹੀ ਆ, ਜੱਸਾ ਮਾਰੇ ਗਿਆ ਜਾਂ ਮਾਰੇ ਗਿਆ ਜੁਰੇ। ਵਾਓ ਲਾਲਾ ਲਾਲਾ ਕਿਰਾਈ ਤੁਰਿਆ ਰਿਹਾ ਸ਼ਾਸਤਰੀ ਜੀ, ਚੀਤਾ ਨਹੀਂ ਆਇਆ ਵੀਰੇ, ਨਹੀਂ ਆਇਆ ਜੀ। ਆਓ ਚੁੱਪ ਚਾਪ ਬੈਠਾ ਮੁੰਡਾ ਖੇਡ ਦੇ ਗਰਾਊਂਡਾਂ 'ਚ, ਆਓ ਖੇਡ ਦੇ ਮੈਦਾਨਾਂ 'ਚ ਰੌਲਾ ਰੱਪਾ ਪੈ ਰਿਹਾ। ਲੈ ਵੀ ਸੂਰਜ ਕਰ ਗੱਲ ਯਾਰਾ, ਚਾਰ ਦੋ ਚਾਰ ਦੋ ਪੂਰਾ ਪੈਂਦਾ, ਇੱਕ ਪਾਸੇ ਕਦੇ ਢਾਬਾ ਵਾਲਾ ਸ਼ੁਰੂ ਤੇ ਦੂਜੇ ਪਾਸੇ ਕਦੇ ਸ਼ਤੀਰ ਵਾਲੀ ਪਿੰਡਾ ਸਜੇ ਦਾ, ਐਨ ਕਦੇ ਭਰਾਵਾਂ ਤੋਂ ਵੱਧ ਕੇ ਪੈ ਰਿਹਾ ਮੁੰਡਿਆਂ ਦਾ ਪਰਮ ਗਲਤੀ ਕਰ ਗਿਆ ਮੁੰਡੇ, ਉਹ ਸਜਰੇ ਸ਼ਰੀਕ ਬਣ ਕੇ ਖੜੇ ਮਾਰੇ ਗਿਆ ਜਾਂ ਮਾਰੇ ਗਿਆ ਓਏ, ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਤੇ ਜਾਂ ਮਿੱਤਰਾਂ ਨੇ ਕੋਕਾ ਬਣਦਾ, ਦੂਜਾ ਰੌਣਾ ਦੂਜਾ ਰੌਣ, ਉਹ ਜਾਂ ਫਿਰ ਪੱਕੇ ਬਣ ਜਾਵਾਂਗੇ। ਓ ਬੱਲੇ 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 ਬੱਲੇ, ਅੱਜ ਤੈਨੂੰ ਟੱਕਰਾਂਗੇ, ਉਹ ਸਜਰੇ ਸ਼ਰੀਕ ਤੇਰੇ ਬਣ ਕੇ ਬੱਲੇ ਬੱਲੇ ਬੱਲੇ, ਸੱਜਰੇ ਸ਼ਰੀਕ ਤੇਰੇ ਬਣ ਕੇ। ਰਾਮਕੋਟ ਤੇ ਕੰਦੂ ਖੜਾ ਵੀਰੇ, ਤਿੰਨ ਨੰਬਰ ਗਰਾਊਂਡ ਦਾ ਮੈਚ ਕਰੀ ਚਲੋ, ਸ਼ੇਅਰ ਕਰੀ ਚਲੋ ਜੀ, ਤਿੰਨ ਨੰਬਰ ਗਰਾਊਂਡ ਦਾ ਵੀ ਚਲਾਈਏ ਮੈਚ ਆਪਾਂ। ਆਊਟ ਬਾਲ, ਦੋ ਟੀਮਾਂ ਦੇ ਖਿਡਾਰੀ ਆਊਟ ਬਾਲ, ਤਿੰਨ ਤੇ ਵੀ ਸ਼ੁਰੂ ਕਰ ਦਈਏ ਮੈਚ, ਇੱਕ ਨੰਬਰ ਗਰਾਊਂਡ ਦਾ ਕਦੇ ਕੱਲੀ ਕੱਲੀ ਅੱਖ ਜਿਹੜੀ ਆ ਕੇ ਟਿੱਕੀ ਆ, ਕਿੰਨੇ ਕਿੰਨੇ ਕਰੀ ਚਲੋ, ਸ਼ੇਅਰ ਕਰੀ ਚਲੋ ਜੀ, ਪੁਆਇੰਟ ਵੀ ਜ਼ਰੂਰ ਸਾਂਝੇ ਕਰ ਦਿਓ ਜੀ। 2-5 ਨਾਲੇ ਵੀ ਤਾਲ ਬਾਲ 2-5 ਪਾਣਾ ਜੀ, 2 ਚੈਣੇ ਵਾਲ 5 ਯੂਪੀ ਮਾਜਰਾ ਤੇ ਢਾਬਾ ਬਬਲੂ, ਇਹ ਟੀਮਾਂ ਵੀ 2 ਨੰਬਰ ਗ੍ਰਾਂਟ ਦੇ ਵਿੱਚ ਆਉਂਦੀ ਹੈ, ਢਾਲ ਮਾਜਰਾ ਤੇ ਢਾਬਾ ਬਬਲੂ ਦੀ ਟੀਮ ਦਾ ਮੈਚ ਨਹੀਂ ਬੜਾ ਚੋਟੀ। 2-5 ਪਾਣ ਆਪਰੇ ਸ਼ੇਅਰ ਕਰ ਦਿਓ ਜੀ, 1 ਕੇ ਦੇ ਨੇੜੇ ਤੇੜੇ ਆਪਾਂ, 1 ਕੇ ਦੇ ਨੇੜੇ ਤੇੜੇ ਸ਼ੇਅਰ ਕਰੋ ਸਾਰੇ ਭਰਾ ਆਪਦੇ ਛੋਟੇ ਵੀਰ ਨੂੰ ਸਪੋਰਟ ਜ਼ਰੂਰ ਕਰੋ ਸ਼ੇਅਰ ਵਾਲੀ ਵੀਰੇ, ਕੰਮ ਜਿਹੜਾ ਨੇੜੇ ਤੇੜੇ ਹੋ ਜਾਊਗਾ। ਸਚਿਨ ਆ ਗਿਆ, ਏ ਬੱਲੇ ਪਰਮ ਚੜੇ ਵਾ, 3-5 ਹੋ ਗਏ ਵੀਰੇ, 3-5 3-5 ਸਾਰੇ ਭੱਜ ਭੱਜ ਕੇ ਥਾਪੀਆਂ ਦਿੰਦੇ ਆ ਭਾਈ ਯਾਰ, ਤਾੜੀ ਤੂੜੀ ਕਾਬੂ ਨਹੀਂ ਮਾਰਦੇ ਓਏ, 3-5 ਤੇ ਕਦੇ ਮੇਰੇ ਮਿੱਤਰੋਂ ਖੂਈਆਂ ਦਾ ਮੇਰਾ 3-5 ਵੀਰੇ, ਦੁਨੀਆ ਭਰ ਦੇ ਵਿੱਚ ਮੰਨੇ ਆ ਕੱਠ ਕਦੇ ਹੱਦੋਂ ਪਰੇ ਹੁੰਦਾ ਮੇਰੇ ਮਿੱਤਰੋਂ, ਸਵਾਲ ਵੱਖਰਾ ਨੰਬਰ ਹੁਣ ਕੌਣ ਜੋੜੂਗਾ, 3 ਤੇ 5 ਦੀ ਟੱਕਰ ਕਰ ਦੋ ਸ਼ੇਅਰ ਕਰ ਦੋ ਖਿੱਚ ਕੇ, 3-5 3-5 ਬੱਲੇ ਬੱਲੇ ਹੋ ਰਹੀ ਆ, ਖੇਡ ਦੇ ਮੈਦਾਨਾਂ 'ਚ ਵੀ ਲਾਲਾ ਲਾਲਾ ਹੋਈ ਆ, ਉਹ ਖਾੜਾ ਗਿਆ ਹੱਲ ਜੀ, ਘਰੋ ਘੜੀ ਤੌਰ ਤੇ ਸੁੱਚਾ ਤੇ ਮੰਗ ਜੀ ਸਚਿਨ ਸਟੇਰ ਵਾਲੀ ਤੇ ਪ੍ਰਸਾਦ ਜੋਗੀ ਵਾਲਾ ਸ਼ੁਰੂ ਹੋ ਗਈ ਫਿਰ ਤੋਂ ਦੁੱਲੇ ਦੀ ਮਾਰ ਜੀ, ਲਓ ਨੰਬਰ 3 ਤੋਂ 4 ਹੁਣ ਕੌਣ ਕਰਦਾ ਮੇਰੇ ਮਿੱਤਰੋ, ਭਾਈ 31,000 4-5 ਹੋ ਗਏ ਵੀਰੇ, 4 ਤੇ 5 ਦੀ ਟੱਕਰ ਦੀ ਟੱਕਰ, ਮੈਚ ਕਦੇ ਬਰਾਬਰੀ ਤੇ ਆ ਗਿਆ ਮੇਰੇ ਮਿੱਤਰੋ, ਅਗਲੀ ਸਰਵਿਸ ਕਰਦੇ ਵੀ ਮੁੰਡਾ ਢਿੱਲਣ ਦਾ ਤਿਆਰ ਬਰ ਤਿਆਰ ਆ, ਅਜੇ 4-5 ਪੁਆਇੰਟ ਆ ਜੀ, 4-5 ਔਰ 4 ਤੇ 5 ਦੀ ਟੱਕਰ, ਬੱਲੇ 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 ਬੱਲੇ, ਇੱਥੇ ਰੱਖ ਹੋਰ ਗਾਂਧੀ ਨਹੀਂ ਆਇਆ ਵੀਰੇ, ਗਾਂਧੀ ਨਹੀਂ ਆਇਆ ਜੀ, ਕਰੀ ਚਲੋ ਸ਼ੇਅਰ, 4-5 ਯਾਰ ਜੋੜੀਆਂ ਹੁਣ ਬਣੀਆਂ, ਲੈ ਵੀ ਕਿਵੇਂ ਲੱਗਾ ਖੂਈ ਵਾਲਿਆਂ ਦਾ ਕੰਮ, ਇੱਕ ਵਾਰੀ ਯਾਰਾ ਕਦੇ ਵੱਧ ਚ
ਚੁੱਕਿਆ ਵਾਕਈ ਭੁਈਆ ਸਰਵਣ ਵਾਲੇ ਨੇ ਕੱਚੀ ਦੀ ਕਦੇ ਸਾਰੀ ਕਰੀਮ ਹੀ ਸੱਦ ਲਈ ਹੈ ਗੱਲਬਾਤ ਕਦੇ ਲਾਤੀ ਹੈ ਟਿਕਾਣੇ ਕੱਚੀ ਦੇ ਕਦੇ ਸੁਪਰ ਸਟਾਰ ਖਿਡਾਰੀ ਇਸ ਧਰਤੀ ਤੇ ਜਿਹੜੇ ਪੁੱਜੇ ਆ ਤੇ ਗੱਲਾਂ ਬਾਤਾਂ ਜਿਹੜੀਆਂ ਕਦੇ ਹੁੰਦੀਆਂ ਵੀਰੇ ਦੋ ਨੰਬਰ ਗਰਾਊਂਡ 'ਚ ਮੈਚ ਖੇਡਿਆ ਜਾਣਾ ਮਨਪ੍ਰੀਤ ਸਿੰਘ ਪੰਧੇਰ ਵੈਲਕਮ ਵੀਰੇ ਧੰਨਵਾਦ ਸ਼ੇਅਰ ਸਪੋਰਟ ਕਰੋ ਵੀਰੇ ਸਾਰੇ ਵੀਰ ਸ਼ੇਅਰ ਕਰ ਦਿਓ ਸਾਰੇ ਹੁਸਾ ਬਰਾੜ ਸਾਡੇ ਸੰਦੀਪ ਬਾਈ ਹੋਣੀ ਨਾਲ ਮੋਡੂਆ ਭਰਾ ਸਾਡਾ ਦਵਿੰਦਰ ਬਾਈ ਹੋਣੀ ਖਿੱਚ ਕੇ ਨਹੀਂ ਸ਼ੇਅਰ ਕੀਤਾ ਖਿੱਚ ਕੇ ਕਰੋ ਮੁਸਾਫਰ ਜੀ ਬਹੁਤ ਵੱਡੀਆਂ ਮੁਬਾਰਕਾਂ ਜੈਕਸਨ ਕੈਨੇਡਾ ਜੱਸਾ ਆਇਆ ਮਾਰੇ ਗਿਆ ਜਾਵਰੇ ਕਾਲੇ ਦੀਆਂ ਜਿਹੜੀਆਂ ਯਾਦਾਂ ਨੇ ਪੰਜ ਬਰਾਬਰ ਵੀਰੇ ਪੰਜ ਬਰਾਬਰ ਇੱਕ ਨਾ ਤਾੜੀਆਂ ਸਜਣ ਲਈ ਜ਼ੋਰਦਾਰ ਲਾਖ ਹੋ ਮੇਰਾ ਵੀਰ ਬਣ ਕੇ ਪਹਿਲਾਂ ਚਾਰ ਪੰਜ ਆਪਣੇ ਚਾਰ ਪੰਜ ਜੀ ਫਿਰਦਾ ਰਹਿੰਦਾ ਨੂੰ ਪਤਾ ਹੈ ਵੀ ਮੁੰਡੇ ਯੂਪੀ ਵਾਲੇ ਪੰਜ ਬਰਾਬਰ ਹੋ ਗਏ ਪੰਜ ਬਰਾਬਰ ਹੋ ਗਏ ਵੀਰੇ ਪੰਜ ਬਰਾਬਰ ਹੈ ਹਰਿਆਣੇ ਦਾ ਨੈੱਟ ਆ ਤੇ ਪੰਜਾਬ ਦਾ ਵੀ ਨੈੱਟ ਬੰਦ ਆ ਫੇਰ ਵੀ ਇੱਕ ਕੇ ਹੋ ਗਿਆ ਧੰਨਵਾਦ ਵੀਰੇ ਪਿਸ਼ਾਬ ਵੱਲ ਮੋੜ ਦਿੰਦੇ ਆ ਮਿੱਤਰਾਂ ਦੀ ਹਿੱਟ ਵੀ ਨਦੇੜ ਵਰਗੀ ਬਾਵਜੂਦ ਫਿਰ ਵੀ ਹਜ਼ਾਰ ਬੰਦਾ ਤੁਸੀਂ ਕਰਿਆ ਸਪੋਰਟ ਕੀਤੀ ਆ ਧੰਨਵਾਦ ਪਹਾੜਾਂ ਨਾਲ ਮੱਥਾ ਲਾਉਣਾ ਇਹਨੂੰ ਕੋਈ ਦਲਜੀਤ ਚੈਲ ਵੈਲਕਮ ਵੈਲਕਮ ਵੀਰੇ ਸ਼ੇਅਰ ਕਰੀ ਚਲੋ ਜੀ ਕੁਝ ਮਰਜ਼ੀ ਹੁੰਦਾ ਪੰਜ ਬਰਾਬਰ ਇਹਨੂੰ ਕੋਈ ਫਰਕ ਨਹੀਂ ਹੈ ਵਾਕਈ ਕਦੇ ਵੱਡੀ ਜਿਹੜੀ ਕਲਾਕਾਰੀ ਹੈ ਮੁੰਡੇ 'ਚ ਤੇ ਚਰਚੇ ਕਦੇ ਹੁੰਦੇ ਨੇ ਲਓ ਸਾਹਮਣੇ ਕਦੇ ਸ਼ਾਸਤਰੀ ਕਦੇ ਟਰਾਈ ਕਰਦਾ ਪਰ ਸਾਹਮਣੇ ਸਫਲਤਾ ਜਿਹੜੀ ਇਧਰਲੇ ਪਾਸੇ ਦਵਿੰਦਰ ਸਿੱਧੂ ਕਲਾਲਾ ਵੈਲਕਮ ਵੈਲਕਮ ਜੀ ਬਾਈ ਯਾਰ ਟੇਬਲ ਨਾ ਹਿਲਾਓ ਟੇਬਲ ਦੇ ਲੱਤਾਂ ਕੌਣ ਮਰੀ ਜਾਂਦਾ ਬਾਈ ਯਾਰ ਛੋਟਾ ਚੱਕ ਪੁੱਤ ਪੰਜ ਬਰਾਬਰ ਸਕੋਰ ਆ ਜੀ ਪੰਜ ਬਰਾਬਰ ਮਹਿੰਦੀ ਸ਼ਰਮਾ ਕਲੱਬ ਚੈਣੇਵਾਲ ਤੇ ਯੂਪੀ ਸ਼ਾਸਤਰੀ ਟੱਕਰ ਪੰਜ ਬਰਾਬਰ ਸਕੋਰ ਚਾਰ ਪੰਜ ਆ ਸੋਰੀ ਵੀਰੇ ਚਾਰ ਚੈਣੇਵਾਲ ਪੰਜ ਯੂਪੀ ਸੱਤਾ 'ਚ ਜੋਗੀ ਵਾਲੇ ਜਾ ਵੀਰੇ ਥੋੜ੍ਹੀ ਜਿਹੀ ਕਮੈਂਟਰੀ 'ਚ ਵੀਰੇ ਯਾਰ ਕਮੈਂਟਰੀ ਬਿਨਾਂ ਸਵਾਦ ਹੀ ਨਹੀਂ ਆਉਂਦਾ ਆਹ ਮੈਚ ਕਰਾ ਲਓਗੇ ਫਿਰ ਚਾਹੇ ਬੰਦ ਕਰ ਦਿਓ ਮੈਚ ਬੋਲੀ ਜਾਇਓ ਪੰਜ ਚਾਰ ਪੁਆਇੰਟ ਆ ਜੀ ਪੰਜ ਚਾਰ ਵੀਰੇ ਸ਼ੇਰੂ ਦਾ ਮੈਚ ਹੀ ਚੱਲੀ ਦਾ ਸਾਹਮਣੇ ਵੀਰੇ ਸ਼ੇਰੂ ਤੇ ਸੱਜਣ ਦੀ ਟੱਕਰ ਜੀ ਯੂਪੀ ਤੇ ਚੈਣੇਵਾਲ ਦੀ ਟੱਕਰ ਪੰਜ ਬਰਾਬਰ ਸਕੋਰ ਜੀ ਦਿਲਸ਼ਾਦ ਆਇਆ ਬਿਲਕੁਲ ਬਾਈ ਕਮੈਂਟਰੀ ਕਲੋਜ਼ ਹੋ ਗਈ ਵੀਰੇ ਕਮੈਂਟਰੀ ਬੰਦ ਹੋ ਗਈ ਕਿਉਂਕਿ ਨੇੜੇ ਇਹਦੇ ਪ੍ਰੋਗਰਾਮ ਆ ਨੇੜੇ ਵੀਰੇ ਛੇ ਚਾਰ ਜਾਂ ਛੇ ਪੰਜ ਹੋ ਗਏ ਵੀਰੇ ਛੇ ਚਾਰ ਪੁਆਇੰਟ ਆ ਜੀ ਛੇ ਯੂਪੀ ਚਾਰ ਚੈਣੇਵਾਲ ਤੇਰੇ ਇਲਾਕੇ ਮੈਂਸ਼ਨ ਹੋ ਗਏ ਕਮੈਂਟ ਦਿਲਸ਼ਾਦ ਤਲਵੰਡੀ ਦਿਲਸ਼ਾਦ ਤਲਵੰਡੀ ਹੋਰ ਵੀ ਖਿੱਚ ਕੰਮ ਮਾੜਾ ਜਾ ਬਾਈ ਜੀ ਆਵਾਜ਼ ਘੱਟ ਕਰਦੀ ਜੀ ਇੱਥੇ ਨੇੜੇ ਡੇਰਾ ਉਹਦੇ ਕਰਕੇ ਪ੍ਰੋਗਰਾਮ ਆ ਉਹਦੇ ਕਰਕੇ ਕਮੇਟੀ ਨੇ ਜਿਹੜੀ ਆਵਾਜ਼ ਘੱਟ ਕਰਤੀ ਵੀਰੇ
ਹਾਂਜੀ ਕੁਲਵੀਰ ਜੀ ਠੀਕ ਆ ਜੀ। ਫਿਰ ਕੱਲ ਨੂੰ ਗੱਲ ਕਰਾਂਗੇ ਆਪਾਂ, ਕੁਲਵੀਰ ਮੈਂ ਲਾਈਵ ਤੇ ਬੈਠਾ ਬਾਈ, ਮੈਂ ਪਕੜਾਂਗਾ। ਨਹੀਂ ਨਹੀਂ ਰਹਿ ਸਰ ਆਉਣਾ ਉਹਨੂੰ ਬਈ, ਹਾਂ ਕੱਲ ਨੂੰ ਕਰਾਂਗੇ ਗੱਲ ਆਪਾਂ ਕੁਲਵੀਰ ਬਾਈ। 9 ਤਰੀਕ ਮਨ ਰਹੀ ਟੂਰਨਾਮੈਂਟ ਲੈ ਵੀ ਇਧਰਲੇ ਪਾਸੇ ਹੁਣ ਗੱਲਾਂ ਬਾਤਾਂ ਕਰੇ ਵੱਡੀਆਂ ਜਿਹੜੀਆਂ ਨੇ ਇੱਧਰ ਕਰੋ ਬਖਸ਼ੇ ਮੜਾ ਕੇ ਬਖਸ਼ਾ ਦਾ ਲਾਈਵ ਮੂੰਹ ਕਰਨੀ ਨੂੰ ਕਰਦੇ ਜਿਹੜੀ ਕਮੈਂਟਰੀ ਸੁਣੀ ਜਾਵੇ ਬਸ, ਇਹਦਾ ਸੁਣਦਾ ਹੀ ਨਹੀਂ ਇੱਧਰ ਜਮੀ ਕੋਈ। ਆ ਹਿੱਟਣਗੇ ਮੈਨੂੰ ਪਿੱਛੋਂ ਲੱਤ ਮਾਰ ਜਾਣਾ ਕੋਈ ਨਾ ਕੋਈ। ਕਿੰਨੇ ਕਿੰਨੇ ਹੋ ਗਏ ਨੰਬਰ, ਇੱਕ ਨੰਬਰ ਗਰਾਊਂਡ ਕਿੰਨੇ ਕਿੰਨੇ ਹੋ ਗਏ ਬਾਈ? ਬਾਈ ਜੀ 6000 ਦਾ ਪੁਆਇੰਟ 8-4 ਦੀ 8-4 ਦਾ ਮੁਕਾਬਲਾ, ਅੱਧ ਅੱਧ ਦਾ ਫਰਕ ਚੱਲ ਰਿਹਾ। ਨੰਬਰ 9 ਜੋੜ ਦੇ ਵੀ ਮੁੰਡੇ ਕਹਿੰਦੇ ਤਿਆਰ ਪਰ ਤਿਆਰ ਨਹੀਂ। ਉਹ ਤਾਂ ਬਹੁਤ ਬਹੁਤ ਧੰਨਵਾਦ ਸ਼੍ਰੀ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਟੀ ਲਾਈਵ ਪੇਜ ਦੇ ਜ਼ਰੀਏ 1000 ਜਿਹੜਾ ਖੇਡ ਵਾਲੀਬਾਲ ਦਾ ਪ੍ਰੇਮੀ ਜੁੜਿਆ ਬੈਠਾ, ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ। ਚੜ੍ਹਾਈਆਂ ਰਹਿੰਦੀਆਂ ਵੀ ਢਾਬਾ ਰਿਹਾ, ਕੁੱਟ ਕਟਾਪਾ ਕਰਨਾ ਪੈਣਾ ਮੇਰੇ ਬਾਈ ਓਏ, ਕੋਲੇ ਪੈਰੀ ਉਹਨਾਂ ਵੀ ਨੰਬਰ ਨਹੀਂ ਲੱਗਣ ਦੇਣਾ, ਇਹ ਗੱਲ ਜਿਹੜੀ ਪੱਕੀ ਆ। ਆਹ ਜੋਰ ਕਹਿੰਦੇ ਦੋਵੇਂ ਚੱਲ ਪਈ ਚੱਲ ਪਈ ਕਮੈਂਟਰੀ ਵੀਰੇ ਲਓ ਨੰਦ ਜੀ ਲੱਗਿਆ ਹੋਇਆ। ਆਹ ਖੇਡਦੇ ਮੈਦਾਨ ਦੇ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਕਹਿੰਦੇ ਥੋੜੀ ਨੈਟ ਬੰਦ ਕਰਕੇ ਨੈਟਵਰਕ ਦੀ ਵੀ ਦਿੱਕਤ ਰਹਿੰਦੀ ਆਪਾਂ ਨੂੰ ਵੀ ਬਈ, ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਨੈਟ ਬੰਦ ਕਰਕੇ, ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਜੀ ਨੈਟਵਰਕ ਦੀ, ਉਹ ਕਰਿਓ ਐਡਜਸਟ ਜੀ। ਅੜਕਦਾ ਜਾ ਲਾਈਵ, ਵੈਸੇ ਤਾਂ ਕਲੀਅਰ ਬਹੁਤ, ਕਿਤੇ ਨਾ ਕਿਤੇ ਅੜਕਦਾ ਆਉਣਾ ਲਾਈਵ ਰੇ। ਪ੍ਰਾਈ 31000 ਆਵਰੇ, 31000 ਫਸਟ ਪ੍ਰਾਈ, 31000 ਜੀ। ਕਮੈਂਟ ਵੀ ਬਹੁਤ ਰੁਕ ਰਿਹਾ ਬਾਈ, ਜੇ ਕਮੈਂਟ ਲੰਘਦੇ ਹੋਏ ਤਾਂ ਮਾਫੀ ਚਾਹੁੰਦੇ ਆ ਜੀ। ਖਿਆਲ ਰੱਖੀ ਸੋਨਾ ਵੀਰ ਵੜ ਗਏ, ਇੱਕ ਨੰਬਰ ਦਾ ਅਗਲਾ ਵੀ ਬੋਲਦੀ, ਦੋ ਦਾ ਵੀ ਬੋਲਦੀ ਤੇ ਤਿੰਨ ਦਾ ਵੀ। ਜੱਸੇ ਦਾ ਮੈਚ ਹੋ ਗਿਆ, ਜੱਸੇ ਦਾ ਮੈਚ ਹੋ ਗਿਆ, ਦੂਜਾ ਰਾਉਂਡ ਜਿੱਤ ਗਿਆ ਜੱਸਾ ਵੀਰੇ। 12 ਦੀ ਇੱਕ ਨਾ 12 ਵਾਲੀ ਤੇ ਨਾਲ ਕੁੜੀਆਂ ਸਰਵਰ ਦੀ 18 ਇੱਕ ਨੰਬਰ ਦੀ ਸਾਈਡਾਂ ਤੇ ਹੋ ਗਿਆ ਯਾਰ, ਹੁਣ ਤੱਕ ਇਹ ਮੈਚ ਵਧੀਆ ਲੱਗਿਆ। 9-4 ਤੋਂ ਸਾਈਡਾਂ ਤੇ ਵੀਰੇ, 9-4 ਤੋਂ ਸਾਈਡਾਂ ਤੇ 9 ਯੂਪੀ 4 ਚੈਣੇ ਵਾਲ ਵੀਰੇ, 9 ਯੂਪੀ 4 ਚੈਣੇ ਵਾਲ ਸ਼ੇਰੂ ਛੋਟੂ ਵਰਗਿਆਂ ਦੇ ਕਲਾਕਾਰ ਦੇ 9 ਸਕੋਰ ਆ। ਮਹਿੰਦੀ ਸ਼ਰਮਾ ਕਲਬ ਚੈਣੇ ਵਾਲ ਸੱਜਣ ਤੇ ਪ੍ਰਸਾਦ ਦੇ 4 ਆ ਜੀ। ਟੋਟਲ ਟੀਮਾਂ 16 ਵਜਣਗੀਆਂ ਅਗਲੇ ਰਾਊਂਡ 'ਚ ਵੀਰੇ, ਤੀਜੇ ਰਾਊਂਡ 'ਚ 16 ਟੀਮਾਂ ਵਜਣਗੀਆਂ ਜੀ। ਜੱਸਾ 2 ਰਾਊਂਡ ਵਿਨਰ ਆ ਜੀ, ਜੱਸਾ 2 ਰਾਊਂਡ ਵਿਨਰ।
ਭਰਾਵਾ ਤੋਂ ਬਣ ਕੇ ਪਿਆਰ ਆ ਇਹਦਾ ਖੇਡ ਖਿਲਾਉਂਦਾ ਤੇ ਉਹ ਕਦੇ ਵੱਡਾ ਪਾਰ ਤੇ ਸਰਕਾਰ ਆ ਜਿਹੜੇ ਕਮੈਂਟ ਰੁਕ ਰਿਹਾ ਬਾਈ ਇਹਨੂੰ ਫੇਸਬੁੱਕ ਜਲਦ ਰਿਕਵਰ ਕਰ ਲੈਣੀ ਆ ਜੇ ਕਰ ਲੂ ਆਪਣੇ ਆਪ ਵੱਡੇ ਮਾਣ ਕਰਦੇ ਭਰਾ ਸਾਡੇ ਉਹ ਯਾਰੀਆਂ ਪਗਾਉਂਦੇ ਆ ਨਵੀਂ ਅਪਡੇਟ ਆਈ ਹੈ ਕਮੈਂਟ ਆਪਣੇ ਆਪ ਹਾਈਡ ਕਰੀ ਜਾਂਦੀ ਆ ਫੇਸਬੁੱਕ ਦੇ ਲਈ ਮਾਫੀ ਚਾਹੁੰਦੇ ਆ ਜੀ 5-4 ਦਿਨ ਇਹ ਪ੍ਰੋਬਲਮ ਰਹਿ ਸਕਦੀ ਆ ਜਲਦ ਦੂਰ ਕਰ ਲੈਣੀ ਆ ਫੇਸਬੁੱਕ ਨੇ ਆਪਣੀ ਇਹ ਜਿਹੜੀ ਹਿਸਾਬ ਨਹੀਂ ਉਹ ਤੋੜੀ ਦਾ ਆਓ ਆਪਣੇ ਪਿਆਰਿਆਂ ਦਾ ਹੋ ਦਿਲ ਨਹੀਂ ਉਹ ਤੋੜੀ ਦਾ ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ ਸੁਖਬੀਰ ਸਸਵਤ ਵੈਲਕਮ ਵੈਲਕਮ ਜੀ ਢੋਲ ਮਾਜਰਾ ਤੇ ਢਾਬਾ ਬਬਲੂ ਦੀ ਦੀਵਾਨ ਖੇੜਾ 2 ਰਾਊਂਡ ਵਿਨਰ ਆ ਵੀਰੇ ਦੀਵਾਨ ਖੇੜੀ ਟੀਮ 2 ਰਾਊਂਡ ਜਿੱਤ ਗਈ ਜੀ ਪਵਨ ਪਧੇਰ ਯੂਐਸਏ ਨੇ ਸਟਾਰ ਭੇਜਿਆ ਬਾਬਾ ਧੰਨਵਾਦ ਜੀ ਪਵਨ ਪਧੇਰ ਯੂਐਸਏ ਪਵਨ ਪਧੇਰ ਯੂਐਸਏ ਧੰਨਵਾਦ ਜੀ ਜੱਸਾ ਹੈਗਾ ਅਗਲੇ ਰਾਊਂਡ ਦਾ ਜੱਸਾ ਵੀ ਅਗਲੇ ਰਾਊਂਡ ਵੀਰੇ ਓਏ ਪ੍ਰਸਾਦ ਦੀਵਾਨ ਖੇੜੇ ਜਿਵੇਂ ਆਇਆ 7000 ਕੇ ਆਇਆ ਬਿਲਕੁਲ ਜੀ ਦਸ ਪੰਜ ਪੁਆਇੰਟ ਆ ਜੀ ਦਸ ਪੰਜ ਵੀਰੇ ਦਸ ਯੂਪੀ ਪੰਜ ਚੈਣੇ ਆ ਔਰ ਪੰਜ ਨੰਬਰ ਉਧਰਲੇ ਪਾਸੇ ਉਹ ਬੱਲੇ ਇੱਥੇ ਰੱਖ ਲਾਓ ਮੁੰਡਿਆਂ ਉੜੀਸਾ ਖੇਡੇ ਬਲਾਨ ਤੇ ਲੈ ਲਈ ਇੱਕ ਤਾੜੀ ਔਰ ਢਾਬਾ ਦੇ ਨੈਟ ਵੇੜ ਦੇ ਲਈ ਮਾਰੋ ਯਾਰ ਜ਼ੋਰਦਾਰ ਵੇਖੋ ਸਿੱਧਾ ਨਹੀਂ ਹੋਣ ਦਿੰਦਾ ਉਹ ਤੇ ਬਾਲਾ ਤੇ ਬਾਲਾ ਕਿ ਢਾਈ ਤਰਿਆਵਾ ਲਓ ਸਾਹਮਣੇ ਇਹ ਪੂਰਾ ਹੈ ਕਹਿੰਦੇ ਯੂਪੀ ਵਾਲਾ ਆ ਵੀ ਮੁੰਡਾ ਕਹਿੰਦੇ ਜੇ ਇੱਕ ਮੋਟਰਸਾਈਕਲ ਦਾ ਜੇਤੂ ਹੈ ਭੂਰੇ ਦੇ ਵੀ ਚਰਚੇ ਕਹਿੰਦੇ ਠੀਕ ਹੈ ਠੀਕ ਹੈ ਦਵਿੰਦਰ ਸਿੱਧੂ ਕਲਾਲਾ ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ ਸਾਰੇ ਭਰਾ ਇੱਕ ਪਾਸੇ ਕਦੇ ਸ਼ਾਸਤਰੀ ਖੇਡਦਾ ਖੇਡ ਮੈਦਾਨ ਦੇ ਵਿੱਚ ਦੁਨੀਆ ਕਦੇ ਕਲਾਕਾਰ ਖੇਡੀ ਹੈ ਖੇਡ ਵਾਲੀਬਾਲ ਦਾ ਨਾਲ ਕਦੇ ਮਾਜਰੇ ਵਾਲਾ ਛੁੱਟੂ ਆ ਵੀ ਮੁੰਡਾ ਕਦੇ ਇੱਕ ਮੋਟਰਸਾਈਕਲ ਦਾ ਜੇਤੂ ਬਣਿਆ ਚਰਚੇ ਕਦੇ ਰਵੀ ਜਿੱਤ ਗਿਆ 2 ਰਾਊਂਡ ਜਿੱਤ ਗਿਆ ਕਹਿੰਦੇ ਰਵੀ 2 ਰਾਊਂਡ ਵਿਨਰ ਆ ਜੀ ਰਵੀ 2 ਰਾਊਂਡ ਵਿਨਰ ਵਰਿਆਮ ਖੇਡੇ ਪਿੰਡ ਵਾਲੇ ਨੇ ਗੋਗੀ ਇਲੈਕਟ੍ਰੋਨਿਕਸ ਘਰਾਚੋ ਵੈਲਕਮ ਵੈਲਕਮ ਜੀ ਤੇ ਉਸ ਵੀਰ ਦੀ ਕਦੇ ਸਪਾਂਸਰ ਕੀਤੀ ਹੋਈ ਟੀਮ ਜਿਹੜੀ ਮੈਂਡੀ ਸ਼ਰਮਾ ਕਲਬ ਚੈਨੇਵਾਲ ਦੀ ਟੀਮ ਜਿਹੜੇ ਮਾਨ ਸਿੰਘ ਦੀ ਟੀਮ ਜਿਹੜੀ ਕਦੇ ਖੇਡਦੀ ਹੈ ਮੈਂ ਵੀ ਨਿਸ਼ਾਨ ਕਰੀ ਗੱਲ ਮੈਂ ਵੀ ਆਓ ਇਸ ਤੋਂ ਬਾਅਦ ਮੈਚ ਖੇਡਣ ਦੇ ਲਈ ਮੁੰਡੇ ਆਵਾਂਗੇ ਪਿੰਡ ਵਾਲੇ ਚੈਣਿਆਂ ਚ ਸਚਰ ਸਤੀਨ ਵਾਲੀ ਤੇ ਪ੍ਰਸਾਦ ਜੋਗੀਆ ਢਾਬਾ ਵਾਲਾ ਫਿੱਟ ਕੱਲ ਜਿੱਤਿਆ ਇੱਕ ਨੰਬਰ ਬਾਕੀ ਹੈ ਲਾਲ ਤੇ ਕੋਈ ਪੁਆਇੰਟ ਜਿਹੜਾ ਬਾਕੀ ਹੈ ਦੋ ਨੰਬਰ ਮੈਂ ਉਹਦੇ ਭਾਈ ਜੀ ਬੋਲ ਗਏ ਢੋਲ ਮਾਜਰਾ ਤੇ ਢਾਬਾ ਬਗਲੂ ਦੀ ਟੀਮ ਤਿੰਨ ਨੰਬਰ ਦੇ ਜਿਹੜੇ ਦੀਵਾਨ ਖੇੜਾ ਵੀ ਤੇ ਜੋਗੀ ਵਾਲਾ ਇਹਨਾਂ ਟੀਮਾਂ ਦਾ ਮੈਚ ਇਸ ਤੋਂ ਬਾਅਦ ਜਿਹੜਾ ਖੇਡਿਆ ਜਾਂਦਾ ਓਏ ਪਾਰ ਓਏ ਬੜਿਓ ਇਸ ਤੋਂ ਬਾਅਦ ਦੀਵਾਨ ਖੇੜੇ ਦੀ ਵੀ ਟੀਮ ਤੇ ਜੋਗੀ ਵਾਲਾ ਤਿੰਨ ਨੰਬਰ ਗਰਾਊਂਡ 'ਚ ਮੈਚ ਹੋਊਗਾ ਬਾਹਰ ਗੱਲਾਂ ਲੱਗ ਗਈਆਂ ਟਿਆਰੇ ਬਾਰੇ ਕਹਿ ਜੱਸਾ ਤੇ ਰਵੀ ਵੀਰੇ ਬਾਰੇ ਕਹਿ ਜੱਸਾ ਤੇ ਰਵੀ ਪਤਾ ਨਹੀਂ ਲੱਗਣ ਦਿੱਤਾ ਔਰ ਕਹਿੰਦੇ ਨੰਬਰ 1 ਇਹ ਭੱਲੇ ਮੁੰਡਿਓ ਟੀਮ ਦੇ ਲਈ ਹੈ ਇਹਦਾ ਖੇਡ ਦੇ ਗਰਾਊਂਡਾਂ ਦੇ ਵਿੱਚ ਉਹ ਮੈਚ
ਸਚਿਨ ਨੇ ਮਾਰੀ, ਸਚਿਨ ਨੇ ਪਟਾਕਾ ਪਾਇਆ ਸੀ ਵੀਰੇ। ਮੋਟਰਸਾਈਕਲ ਜਿੱਤਿਆ, ਕੱਲ ਇਹਨੇ ਕਦੇ ਡਾਂਗੀਆਂ ਬਾਲਾ ਲਾ ਕੇ ਮੋਟਰਸਾਈਕਲ ਜਿੱਤਿਆ, ਅੱਜ ਵੀ ਮੇਲਾ ਕਹਿੰਦੇ ਖੁਆਦੀ ਪਿੰਡਾਂ ਕਹਿੰਦੇ ਅੱਜ ਵੀ ਰੇਂਜਰ ਸਾਈਕਲ ਦੇ ਅੱਖ ਰੱਖੀ ਰੱਖੀ ਆ, ਪਰ ਉਹ ਸਾਈਕਲ ਦੇ ਚੱਕੇ ਫਿਰਦੇ ਆ ਮੈਦਾਨ ਦੇ ਵਿੱਚ। ਉਹ ਕਹਿੰਦੇ ਖੋਲ ਲੱਗਿਆ ਹੋਇਆ ਦੋਵੇਂ ਟੀਮਾਂ ਦੇ ਖਿਡਾਰੀਆਂ ਦਾ ਬੰਦੇ ਗਾਲ ਆਊਟ ਦੀ ਕਰੀ ਚਲੋ ਸ਼ੇਅਰ, ਕਰੀ ਚਲੋ ਸਾਰੇ ਵੀਰ ਵੀਰੇ ਇੱਕ ਕੇ ਕਰਨ ਲਈ ਫੇਰ ਤੋਂ ਇੱਕ ਵਾਰ ਧੰਨਵਾਦ ਸਾਰੇ ਸਤਿਕਾਰਯੋਗ ਦਰਸ਼ਕਾਂ ਦਾ, ਕਰਿਓ ਸ਼ੇਅਰ ਸਾਰੇ ਭਰਾ ਬਾਈ। ਹਰਿਆਣੇ ਜਿਹੜਾ ਨੈਟਵਰਕ ਉਹਦੀ ਘਾਟ ਆਪਣੇ ਵਿਊਆਂ ਨੂੰ ਜ਼ਰੂਰ ਮਾਰਦੀ ਆ, ਫੇਰ ਵੀ ਇੱਕ ਕੇ ਕਰਿਆ ਤੁਸੀਂ ਧੰਨਵਾਦ। ਐਂਡ ਮੈਚ ਆ ਯਾਰ, ਮਹਿਰਾਜ ਦੇ ਅਗਲੇ ਟੂਰਨਾਮੈਂਟ ਦੇ ਸਚਿਨ ਮੈਚ ਜਿਤਾਵੇ ਤਾਂ 21 ਬ੍ਰਾਈਟ ਹਾਊਸ ਮਾਜਰਕਾ ਵੱਲੋਂ, ਸਚਿਨ ਮੈਚ ਜਿਤਾਵੇ ਬ੍ਰਾਈਟ ਹਾਊਸ ਮਾਜਰਕਾ ਵੱਲੋਂ 21 ਪਰਮ ਮੰਡੇਰ, ਵਧੀਆ ਵਧੀਆ ਪਰਮ ਮੰਡੇਰ, ਸ਼ੇਅਰ ਕਰੀ ਚਲੋ ਸਾਰੇ ਵੀਰ। ਹਰੀ ਹਰੀਕਾ ਸਾਡੇ ਵੀ ਭਰਾ ਕਹਿੰਦਾ ਨੈਟ ਬੰਦ ਆ, ਫਿਰ ਵੀ ਦੇਖ ਰਹੇ ਹਾਂ ਵਾਈ ਫਾਈ ਤੋਂ। ਓਕੇ ਓਕੇ ਜੀ, ਸ਼ੇਅਰ ਕਰੀ ਚਲੋ ਸਾਰੇ ਭਰਾ ਸਪੋਰਟ ਵੀਰੇ। ਲਵੀ ਮਾਨ ਸਨਵਾਨ ਜਿਹੜੇ ਸਚਿਨ ਦਾ ਵੀ ਬੰਦੇ ਜਿੱਥੇ ਜਾ ਕੇ ਇਸ ਤੋਂ ਬਾਅਦ ਜਿਹੜੇ ਤਿੰਨ ਨੰਬਰ ਗਰਾਊਂਡ ਚ ਦੀਵਾਨ ਖੇੜਾ ਬੀ ਤੇ ਜੋਗੀ ਵਾਲਾ ਆਈ ਮੈਸ ਸੀ ਨਾ, ਤਿੰਨ ਨੰਬਰ ਗਰਾਊਂਡ ਦੇ ਨੇੜੇ ਰਹਿਣਗੇ ਮੁੰਡੇ ਰਾਮ ਰਾਮ ਜੀ, ਬਿਸ਼ਨੋਈ ਕਿੰਗ ਜੀ, ਰਾਮ ਰਾਮ ਵਿਜੇ ਮਲਿਕ ਯੂਕੇ, ਅੰਕਿਤ ਨੀ ਆਇਆ ਜੀ। 13-5 ਲੀਡ ਅਜੇ ਦਾ ਪਹਿਲਾ ਮੈਚ ਹੀ ਸੀ ਇਹ ਪਰਮ ਮੰਡੇਰ ਵੀਰੇ, ਦੂਜੇ ਰਾਊਂਡ ਦਾ। ਅਨਿਲ ਮੀਲਾ ਗੌਰਗੜ, ਹਰਵਿੰਦਰ ਚੰਗਾਲੀ ਵਾਲਾ ਵੈਲਕਮ ਵੈਲਕਮ ਖਿਡਾਰੀਆਂ ਦਾ ਪੂਰੇ ਦੀ ਮੋਟਰ ਮਹਿੰਗੀ ਕਰਦੀ ਢਾਬਾ ਵਾਲੇ ਨੇ, ਸਾਡੀ ਜਿੱਥੇ ਲੱਗੀ ਆ
ਜੇ ਕਿ ਇਹਦੀ ਸਕੀਮ ਲੰਘੀ ਵੀਰੇ ਕਮੈਂਟ ਹਾਈਡ ਹੋਇਆ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਵੀਰੇ। ਜੇ ਕਿ ਇਹਦੀ ਸਕੀਮ ਨਾ ਬਣੇਗੀ ਵਟਸਐਪ ਤੇ ਮੈਸੇਜ ਕਰ ਦਿਓ ਜੀ। ਥੋੜੀ ਜੀ ਰਹਿਣੀ ਆ ਇਹ 5-7 ਦਿਨ ਫੇਸਬੁੱਕ ਚ ਪ੍ਰੋਬਲਮ ਆ ਵੀਰੇ, ਕਮੈਂਟ ਹਾਈਡ ਕਰ ਦਿੰਦੀ ਆ ਫੇਸਬੁੱਕ ਵੀਰੇ। ਸਕੋਰ 5-13 ਵੀਰੇ, 5 ਚੈਣੇ ਵਾਲ 13 ਯੂਪੀ ਚੈਣੇ ਵਾਲੀਆ ਪਰਮ ਚੈਣੇ ਵਾਲੀਆ ਪਰਮ ਸ਼ੇਅਰ ਕਰ ਦਿਆ ਕਰੋ ਵੀਰੇ। ਹੋ ਤੂੰ ਸਾਡਾ ਨੀ ਅਸੀਂ ਨੀ ਹੋਏ ਢਾਪਾ ਵਾਲਾ ਲਿਹਾਰ ਮੁੰਡਿਆ ਗੱਲਾਂ ਲੱਗ ਰਹੀਆਂ ਟਿਆਣੇ ਭਾਵੇ ਕੋਠਾ ਨੀ ਚ ਰੋਟੀ ਖਾਂਦੇ ਆ ਰਾਤਾਂ ਨੂੰ ਧੁੱਪਾ ਸੇਕਦੇ ਨੇ ਤੇ ਦਿਨੇ ਦਿਖਾਉਂਦੇ ਤਾਰੇ ਨੀ ਇਹ ਬਾਲੀ ਬਾਲ ਖੇਡਣ ਵਾਲੇ ਨੀ ਉਹ ਕਦੇ ਧੁੱਪਾ ਪਾਈ ਤੁਰੇ ਆਉਂਦੇ ਆ। ਗਈ ਚਲੋ ਜੀ ਜੁਨੈਦ ਗੁੱਜਰ ਵੈਲਕਮ ਜੀ ਵੈਲਕਮ। ਕੋਈ ਨਾ ਕੋਈ ਸ਼ੇਰ ਕਹਾਣੀ ਲਾਓ ਸਾਹਮਣੇ ਕਦੇ ਵੱਡਾ ਮੈਚ ਆ ਬ੍ਰਦਰ ਦੇ ਪਾਸੇ ਚੈਣੇ ਵਾਲੀ ਆ ਪਰਮ 4-5 ਬਾਲਾਂ ਫੜ ਗਿਆ ਅੱਜ ਚੈਣੇ ਵਾਲੀ ਆ ਪਰਮ ਬਹੁਤ ਫਿੱਟ ਖੇਡੀ ਜਾਂਦਾ ਬਈ ਯਾਰ ਚੈਣੇ ਵਾਲੀ ਆ ਪਰਮ ਪਰਮ ਹੱਸਦਾ ਚੈਣੇ ਵਾਲੀ ਆ ਰਵੀ ਇੱਥੇ ਮੇਰੇ ਕਾਰਡ ਜਿਹੜੇ ਕੱਟ ਜਾਣੇ ਹਨ ਬਾਲ ਜਿਹੜੀ ਆਊਟ ਆਫ ਫੀਲਡ ਮੈਦਾਨ ਦੇ ਵਿੱਚ ਆਪਾਂ ਵੇਖਾਂਗੇ ਰਵੀ ਨੰਬਰ 6-13 ਹੋਏ 6-13 ਦੋ ਜੇ ਬਈ ਚੱਲ ਗਿਆ ਮੈਚ ਉਧਰ ਢਾਬਾ ਬੰਦ ਤੇ ਧਾਲਮਾ ਜਾ ਬੜੀ ਜੀ ਦੋ ਨੰਬਰ ਗਾਉਂਡ ਲੈ ਸੂਰੇ ਆਇਆ ਜੱਸਾ ਆਇਆ ਵੀਰੇ ਬਿਲਕੁਲ ਆਇਆ ਜੀ ਜੋਧਪੁਰੀਆ ਨਹੀਂ ਆਈ ਵੀਰੇ ਹੋਰ ਦੇ ਟੂਰਨਾਮੈਂਟ ਦੇ ਰਿਕਾਰਡ ਆਏ ਹੁੰਦੇ ਨੇ ਜੁਨੈਦ ਗੁੱਜਰ ਵੈਲਕਮ ਵੈਲਕਮ ਜੀ ਰਿੰਕੂ ਮੱਲੇ ਵਾਲਾ ਨੀ ਆਇਆ ਨਹੀਂ ਆਇਆ ਜੀ ਰਵੀ ਜਿੱਤ ਗਿਆ ਦੋ ਰਾਊਂਡ ਜਿੱਤ ਗਿਆ ਵੀਰੇ ਸੰਜੀਵ ਗੋਇਲ ਦੂਜਾ ਰਾਉਂਡ
ਦੂਜਾ ਰਾਊਂਡ ਅੰਕਿਤ ਗੁਲੀਆ ਕੈਨੇਡਾ ਬਾਈ ਜੀ ਸੈਕੰਡ ਰਾਊਂਡ ਅਗਲੇ ਰਾਊਂਡ ਤੇ 16 ਟੀਮਾਂ ਵਧਣਗੀਆਂ ਜੀ ਗਗਨ ਸੁਤਾਰ ਹਰ ਜੋ ਪਾਸ ਮੁੰਡੇ ਦੀ ਖੇਡ ਨੂੰ ਕਦੇ ਕਦੇ ਸਾਰੋਂ ਦੇ ਵੱਡੇ ਖੇਡ ਮੇਲੇ ਚੋਂ ਆ ਮੁੰਡੇ ਨੇ ਕਦੇ ਇੱਕ ਫੁੱਲ ਟਰੈਕਟਰ ਜਿੱਤ ਕੇ ਕਮੈਂਟਰੀ ਦੇ ਦਰਸਾ ਤਲਵੰਡੀ ਸੂਰਜ ਕੇਰੀਆਂ ਜਿਹੜੀ ਪਹਿਲਾਂ ਨੱਕੇ ਜੇ ਕਰਦੀ ਹੁੰਦੀ ਅਜੇ ਘੱਟੇ ਵਾਲੀ ਵੀਰੇ ਉਹ ਫੁੱਲ ਦੇ ਫੁਕਾਰੇ ਉੱਤੇ ਲਾਲੀ ਜੱਟ ਦੇ ਪਹਿਲਾਂ ਜਿਹੜੀ ਨੱਕੇ ਜੇ ਕਰਦੀ ਹੁੰਦੀ ਸੀ ਉਹ ਫੁੱਲ ਦੇ ਫੁਕਾਰੇ ਉੱਤੇ ਲਾਲੀ ਜੱਟ ਦੇ ਆ ਮੁੰਡਾ ਕਹਿੰਦੇ ਇੱਕ ਫੁੱਲ ਟਰੈਕਟਰ ਦਾ ਜੇਤੂ ਬਣਿਆ ਸੰਗਰੂਰ ਦੇ ਕਹਿੰਦੇ ਓਏ ਪਰਮ ਗਲਤੀ ਕਰ ਗਿਆ ਚੈਲੇ ਵਾਲੀਆ ਤੇ ਕੱਲ ਕਹਿੰਦੇ ਇੱਕ ਕਿੰਨੇ ਸਕੋਰ ਹੋ ਗਏ ਬਾਈ ਮੋਟਰਸਾਈਕਲ ਜ਼ਿਲ੍ਹੇ ਬਠਿੰਡੇ ਦੇ ਪਿੰਡ ਮਹਿਰਾ ਸਕੋਰ ਕਿੰਨੇ ਹੋ ਗਏ ਸ਼ੇਰੂ ਸਕੋਰ ਰਵੀ ਜੱਸਾ ਆਇਆ ਬਈ ਰਾਈਟ ਮਾਰੀ ਫਿਰ ਨਹੀਂ ਲੱਗੀ ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ ਨੰਦਗੜ੍ਹ ਨਹੀਂ ਆਈ ਵੀਰੇ ਨੰਦਗੜ੍ਹ ਨਹੀਂ ਆਈ ਜੀ ਬਣਦੀ ਆ ਬਾਲੀ ਤਗੜੀ ਬਾਲ ਮਾਰੀ ਸਚਿਨ ਨੇ ਯਾਰ ਐਂਡ ਬਾਲ ਸਚਿਨ ਸਟੇਜ ਵਾਲੀ ਅਮਨਦੀਪ ਢੀਂਡਸਾ ਕਿਹੜਾ ਪਿੰਡ ਅਮਨਦੀਪ ਆਪਣਾ ਵੀਰੇ ਅਮਨਦੀਪ ਢੀਂਡਸਾ ਪਿੰਡ ਦੱਸਿਓ ਆਪਣਾ ਬਾਈ ਅਮਨਦੀਪ ਢੀਂਡਸਾ ਤੁਹਾਡਾ ਪਿੰਡ ਦੱਸਿਓ ਵੀਰੇ ਕਿਹੜਾ ਸ਼ੇਰੂ ਸਚਿਨ ਜਿੰਨੇ ਨੰਬਰ ਲੈਣਗੇ ਉਹਨੇ 200 ਯੂਸ ਆਹ ਰੂਪਨਗਰ ਓਕੇ ਓਕੇ ਯੂਸ ਰੂਪਨਗਰ ਵੀਰੇ ਦੂਜੇ ਰਾਊਂਡ ਦਾ ਮੈਚ ਆ ਬਿਲਕੁਲ ਯੂਸ ਰੂਪਨਗਰ ਸ਼ੇਰੂ ਤੇ ਸਚਿਨ ਜਿੰਨੇ ਪੜ ਲੈਣ 200 ਨੰਦਗੜ੍ਹ ਨਹੀਂ ਆਈ ਗੁਰਪਾਲ ਸੇਖੋਂ ਕੈਨੇਡਾ ਵੀਰੇ ਪੰਦਰਾਂ ਅੱਠ ਆ ਜੀ ਪੰਦਰਾਂ ਅੱਠ ਵੀਰੇ ਪੰਦਰਾਂ ਯੂਪੀ ਅੱਠ ਚੈਣੇ ਵਾਲ ਬਰਨਾਲੇ ਵੱਲੋਂ 1100 ਤਿੰਨ ਮਾਰਚ ਮਹਿਲ ਖੁਰਦ ਬਿਲਕੁਲ ਕਿੰਨੀ ਉੱਪਰ ਜੀ ਤਿੰਨ ਮਾਰਚ ਨੂੰ ਮਹਿਲ ਖੁਰਦ ਦੇ ਪੜਾਕੇ ਪੈਣਗੇ 1 ਲੱਖ ਦੇ
ਮਨਮੀਤ ਢਿੱਲੋਂ ਨੇ ਸਟਾਰ ਭੇਜਿਆ ਬਾਬਾ, ਧੰਨਵਾਦ ਜੀ ਮਨਮੀਤ ਢਿੱਲੋਂ ਜੀ, ਸਟਾਰ ਭੇਜਣ ਵਾਸਤੇ ਧੰਨਵਾਦ ਮਨਮੀਤ ਢਿੱਲੋਂ ਜੀ। ਹੋਰ ਵੀ ਜਿਹੜੇ ਭਰਾ ਸਟਾਰ ਭੇਜ ਸਕਦੇ ਹੋ ਜ਼ਰੂਰ ਸਟਾਰ ਭੇਜੋ ਜੀ। ਕਿਵੇਂ ਸਮਝੇ ਨੀ ਯਾਰ ਸਬਾਈ, ਲਾਸਟ ਪੁਆਇੰਟ ਆ ਗਿਆ ਯੂਪੀ ਰਦੌਰ ਦੀ ਟੀਮ ਦਾ, ਸ਼ਾਸਤਰੀ ਦੀ ਟੀਮ ਦਾ, ਸ਼ੇਰੂ ਦਾ, ਛੋਟੂ ਦਾ, ਲਾਸਟ ਪੁਆਇੰਟ ਜੀ, ਅਰਥ ਸਮਝ ਨਹੀਂ ਆਏ। ਜਿਹੜੇ ਭਰਾਵਾਂ ਨੇ ਸਟਾਰ ਭੇਜ ਸਕਦੇ ਹੋ ਸਟਾਰ ਜ਼ਰੂਰ ਭੇਜਿਓ ਬਾਈ, ਲਾਸਟ ਨੰਬਰ ਆ ਜੀ। ਲਓ ਜੀ ਉਰੇ ਯੂਪੀ ਰਦੌਰ ਦੀ ਟੀਮ ਜਿੱਤ ਗਈ, ਜਿਹੜੇ ਭਰਾਵਾਂ ਨੇ ਸ਼ੇਅਰ ਕੀਤਾ ਬਹੁਤ ਬਹੁਤ ਧੰਨਵਾਦ, ਸ਼ੇਅਰ ਸਪੋਰਟ ਕੀਤੀ ਜਿਹਨਾਂ ਨੇ ਬਹੁਤ ਬਹੁਤ ਧੰਨਵਾਦ ਜੀ। ਟੋਚਨ ਨਹੀਂ ਹੈਗਾ ਵੀਰੇ, ਟੋਚਨ ਹੈ ਨੀ ਅੱਜ ਜੀ, ਟੋਚਨ ਹੈ ਨੀ ਵੀਰੇ। ਇੱਕ ਮਿੰਟ, ਬੜਾ ਸਮਾਨ ਮੇਰੇ ਕੋਲ, ਕੱਲੀ ਕੱਲੀ ਜੇਬਾਂ ਚੋਂ ਕੱਢੋ, ਆਹ ਤੁਹਾਡੀ ਚਾਬੀ ਫੜੋ ਜੀ, ਆਪਦਾ ਸੱਟੋ ਕਿਹੜਾ ਪਾਉਣਾ ਬਈ, ਆਹੀ ਹੈ ਚਾਬੀ, ਬੜਾ ਸਮਾਨ ਆ ਮੇਰੇ ਕੋਲ। ਲਓ ਜੀ ਹਾਂ ਸਾਂਭਦੇ ਹਾਂ, ਮੈਂ ਬੜਾ ਸਮਾਨ ਸੰਭਾਲਿਆ, ਪਹਿਲਾਂ ਚਾਬੀ ਵੀ ਤੁਹਾਡੀ ਆ। ਬਹੁਤ ਤਕੜਾ ਮੈਚ ਲੱਗਿਆ ਵੀਰੇ, ਯੂਪੀ ਰਦੌਰ ਦੀ ਟੀਮ ਜਿੱਤ ਗਈ, ਹੁਣ ਖੂਹੀਆਂ ਸਰਬਰ ਦਾ ਮੈਚ ਕਿਹਦੇ ਨਾਲ,